ਮੇਰਿਆਂ ਦਾ ਜ਼ੋਰਦਾਰ ਤਾੜੀਆਂ ਮਾਰੇ ਯਾਰ ਇਹਦੇ ਵਾਸਤੇ ਬੱਚੀ ਵਾਸਤੇ ਇਹ ਤੁਹਾਡੀ ਧੀ ਹੈ ਤੁਹਾਡਾ ਬੱਚਾ ਦੇਖੋ ਲੜਕੀਆਂ ਉੱਦਾਂ ਹੀ ਕਾਰੋਬਾਰ ਚੱਲ ਜਾਣ ਨਾ ਮਾਂ ਪਿਓ ਦੀ ਚਿੰਤਾ ਹੋ ਜਾਂਦੀ ਮੇਰੀ ਧੀ ਬਾਹਰ ਗਈ ਇਹ ਤਾਂ ਖਾੜੇ ਕੁਸ਼ਤੀ ਲੜਨ ਆਈ ਹੈ ਮੇਰੀ ਤੁਹਾਨੂੰ ਬੇਨਤੀ ਹੈ ਵੱਧ ਤੋਂ ਵੱਧ ਹੌਸਲਾ ਅਫਜਾਈ ਕਰੋ ਬੱਚਿਆਂ ਦੀ ਜਿੰਮੀ ਬਾਜੀ ਧੀ ਰਾਣੀ ਆਈ ਆ ਮੈਂ ਦੱਸ ਰਿਹਾ ਸੀ ਜੇ ਬੱਚਾ ਧੀ ਬਾਹਰ ਚੱਲ ਜਾਏ ਨਾ ਦੋ ਕਦਮ ਵੀ ਮੇਰੀ ਧੀ ਕਿੱਥੇ ਗਈ ਹੈ ਇਹ ਤਾਂ ਖਾੜੇ ਕੁਸ਼ਤੀ ਲੜਨ ਆਈ ਹੈ ਵੱਧ ਤੋਂ ਵੱਧ ਹੌਸਲਾ ਅਫਜਾਈ ਕਰਨੀ ਹੈ ਮੇਰੇ ਵੀਰਾਂ ਨੂੰ ਸਾਰਿਆਂ ਬੇਨਤੀ ਹੈ ਵੱਧ ਤੋਂ ਵੱਧ ਪੈਸੇ ਦੀ ਗੱਲ ਨਹੀਂ ਮਾਨ ਕਰੋ ਹਾਂ ਬੱਚਿਆਂ ਦਾ ਮਾਨ ਕਰੋ ਇਸ ਕੁਸ਼ਤੀ ਦੀ ਸ਼ੁਰੂਆਤ ਲਈ ਮੈਂ ਬੇਨਤੀ ਕਰਾਂਗਾ 500 ਰੁਪਈਆ ਜਿੰਮੀ ਭਾਜੀ ਸੰਜੀਵ ਸੈਣੀ ਜੀ ਦੈਨਿਕ ਸਵੇਰਾ ਤੋਂ 500 ਰੁਪਈਆ ਧੀ ਰਾਣੀ ਵਾਸਤੇ ਜ਼ੋਰਦਾਰ ਤਾੜੀਆਂ 500 ਰੁਪਈਆ ਧੀ ਰਾਣੀ ਵਾਸਤੇ ਗੱਲਾਂ ਵੱਲ ਧਿਆਨ ਕਰ ਇੱਕ ਗੱਲ ਮੇਰੀ ਰਿਕੁਐਸਟ ਹੈ ਤੁਹਾਨੂੰ ਧੀ ਰਾਣੀ ਨੂੰ ਜਿੰਨਾ ਇਨਾਮ ਹੈਗਾ ਜੇ ਧੀ ਰਾਣੀ ਜਿੱਤਦੀ ਹੈ ਤੇ ਉਹਦੇ ਅੱਧਾ ਕਮੇਟੀ ਵੱਲੋਂ ਇਸ ਭਗਵਾਨ ਨੂੰ ਹੀ ਦੇਣਾ ਕਮੇਟੀ ਵੱਲੋਂ ਅੱਧਾ ਜੋ ਕੁੜੀ ਨੂੰ ਇਨਾਮ ਟੋਟਲ ਮਿਲੂਗਾ ਅੱਧਾ ਇਸ ਭਗਵਾਨ ਨੂੰ ਮੈਂ ਕਮੇਟੀ ਵੱਲੋਂ ਦੇਵਾਂਗਾ ਜੀ ਲੋ ਜੀ ਜ਼ੋਰਦਾਰ ਤਾੜੀ ਜਿੰਮੀ ਭਾਜੀ ਵਾਸਤੇ ਉਹਨਾਂ ਨੇ ਕਿਹਾ ਮੇਰੀ ਗੱਲ ਸੁਣ ਲਓ ਜੇ ਧੀ ਰਾਣੀ ਜਿੱਤਦੀ ਹੈ ਜਾਂ ਜਿਹੜਾ ਵੀ ਜਿੱਤਦਾ ਜੇ ਧੀ ਰਾਣੀ ਦਾ ਸਨਮਾਨ ਕਰੋਗੇ ਕਮੇਟੀ ਵੱਲੋਂ ਮੈਂ ਆਪਣੇ ਕੋਲੋਂ ਅੱਧੇ ਪੈਸੇ ਨੂੰ ਦੇਵਾਂਗਾ ਜ਼ੋਰਦਾਰ ਤਾੜੀ ਜਿੰਮੀ ਜਾਣ ਕਾਲੇ ਜੀ ਵਾਸਤੇ ਕਰਾਓ ਜੀ ਸ਼ੁਰੂ ਕੁਸ਼ਤੀ ਰੋਮੀ ਕਾਲੀਆ ਜੀ ਵੱਲੋਂ ਇਸ ਕੁਸ਼ਤੀ ਦੇ ਜੇਤੂ ਨੂੰ 200 ਰੁਪਇਆ ਜੀ ਰੋਮੀ ਕਾਲੀਆ ਜੀ ਰੋਮੀ ਕਾਲੀਆ ਜੀ ਵੈਰੀ ਗੁੱਡ ਜ਼ੋਰਦਾਰ ਤਾੜੀਆਂ ਮਾਰੋ ਕਾਲੀਆ ਸਾਹਿਬ ਤੁਹਾਡੇ ਰੋਮੀ ਕਾਲੀਆ ਵਾਸਤੇ 200 ਰੁਪਏ 100 ਰੁਪਏ ਇੱਕ ਹੋਰ ਸਾਡੇ ਸਾਥੀ ਦੇ ਰਹੇ ਨੇ ਜੀ ਜੇਤੂ ਪਹਿਲਵਾਨ ਨੂੰ 100 ਰੁਪਇਆ ਆਪਣੇ ਪ੍ਰਵੀਨ ਪਹਿਲਵਾਨ ਜੀ ਵੀ ਦੇ ਰਹੇ ਨੇ ਜੀ ਅੱਗੇ ਬੈਠੇ ਆ ਪ੍ਰਵੀਰ ਪਹਿਲਵਾਨ ਜੀ ਬਹੁਤ ਧੰਨਵਾਦ ਜਿੰਨਾ ਜ਼ੋਰ ਅੰਦਰ ਪਹਿਲਵਾਨਾਂ ਦਾ ਲੱਗ ਰਿਹਾ ਓਨਾ ਹੀ ਜ਼ੋਰ ਸਾਡੇ ਸਾਰਿਆਂ ਦਾ ਲੱਗ ਰਿਹਾ ਉਸ ਤੋਂ ਵੱਧ ਉਸਤਾਦਾਂ ਦਾ ਲੱਗ ਰਿਹਾ ਉਸਤਾਦ ਕੁੜੀ ਅੰਦਰ ਦਾ ਵੱਜਦੇ ਤਾਂ ਸਾਰੇ ਫਿਰ ਮੋਹ ਮਾਰਦੇ ਅੱਧੇ ਦਾ ਇੱਧਰ ਮੈਨੂੰ ਮਾਰੀ ਜਾਂਦੇ ਇੱਧਰ ਪੱਖੀਆਂ ਖੋਭੀ ਜਾਂਦੇ ਪੁੱਤ ਮਾਂ ਨੂੰ ਵੇਖ ਕਹਿੰਦੇ ਮਾਂ ਲੋਕੀ ਮੈਨੂੰ ਪਹਿਲਵਾਨ ਕਹਿੰਦੇ ਮਾਂ ਕਹਿੰਦੀ ਪੁੱਤ ਪਤਾ ਉਦੋਂ ਲੱਗਦਾ ਜਦੋਂ ਜੱਫੇ ਬਗਾਨਿਆਂ ਨਾਲ ਪੈਂਦੇ ਇਹ ਉਹ ਬਗਾਨੇ ਜੱਫੇ ਹੈ ਜਿਹੜੇ ਬੱਚਿਆਂ ਦੇ ਬਗਾਨਿਆਂ ਨਾਲ ਪੈਂਦੇ ਆ ਤੇ ਪਤਾ ਲੱਗਦਾ ਪਹਿਲਵਾਨੀ ਦੀ ਕਿੰਨੀ ਤਾਕਤ ਹੈ ਇਹ ਜਿਹੜੀਆਂ ਬੱਚੀਆਂ ਜਿਹੜੀਆਂ ਬੱਚਿਆਂ ਨੇ ਬੱਚਿਆਂ ਨੇ ਕਣਕਾਂ ਦੇ ਦਿਖਾਈਆਂ ਇਹ ਸਾਰੇ ਸਾਡੇ ਜਗੀਤ ਰੈਸਲਿੰਗ ਅਕੈਡਮੀ ਹਰਿਆਣਾ ਦੀਆਂ ਬੱਚੀਆਂ ਉਹ ਸਾਰੀਆਂ ਮੈਡਲਿਸਟ ਹੈ ਉਸ ਤੋਂ ਇਲਾਵਾ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੈ ਇੱਥੇ ਕੋਚ ਬੜਾ ਵਧੀਆ ਹਰਜਿੰਦਰ ਕੋਚ ਹੈ ਹਰਿਆਣੇ ਤੋਂ ਨਾਤਾ ਵੀ ਜੀ ਗਾਣੇ ਪ੍ਰੈਕਟਿਸ ਕਰਦਾ ਰਿਹਾ ਹਰ ਸਾਲ ਪ੍ਰੈਕਟਿਸ ਕੀਤੀ ਹੈ ਇਹ ਬੱਚੇ ਉਹਦੇ ਚੰਗੇ ਹੋਏ ਬੱਚੇ ਜਿੰਨੀਆਂ ਲੜਕੀਆਂ ਉਹ ਆਪ ਹੀ ਉਹ ਅੰਤਰਰਾਸ਼ਟਰੀ ਖੇਡਦਾ ਨੇ ਆਪਣੇ ਸਮੇਂ ਦਾ
ਔਰ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਆ ਰਿਹਾ। ਜਿੰਮੀ ਭਾਈ ਦੀ ਗੱਲ ਨਾ ਜੀ, ਲਓ ਬਹੁਤ ਬਹੁਤ ਵਧਾਈਆਂ ਬਾਈ, ਬੁੜੀ ਫੈਟੀ ਨੇ ਵੀ ਬਹੁਤ ਜ਼ੋਰ ਲਾਇਆ, ਨਹੀਂ ਦੇਖੋ ਬਹੁਤ ਮਿਹਨਤ ਕੀਤੀ ਹੈ, ਇਸ ਕੁੜੀ ਨੂੰ ਵੀ ਬਹੁਤ ਬਹੁਤ ਇਛਾਵਾਂ ਸੀ, ਬਹੁਤ ਵਧੀਆ ਬੱਚਿਆਂ ਨੇ ਤਗੜੇ ਪਹਿਲਵਾਨ, ਕਾਰੀਗਰ ਪਹਿਲਵਾਨ ਰਣਜੀਤ ਬਹੁਤ ਦਾਮਾਰ ਪਹਿਲਵਾਨ, ਦੂਸਰੇ ਪਾਸੇ ਸ਼ਾਹਿਦ ਵੀ ਬਹੁਤ ਤਗੜਾ ਨਵਾਂ ਉਸਦਾ ਮੁੰਡਾ ਬਹੁਤ ਵਧੀਆ ਪਹਿਲਵਾਨ, ਦੋਨੋਂ ਪਹਿਲਵਾਨ ਕਈ ਕਈ ਵਾਰ ਇੰਡੀਆ ਨੂੰ ਰਿਪ੍ਰੈਜੈਂਟ ਕਰਕੇ ਕਈ ਮੈਡਲ ਜਿੱਤ ਚੁੱਕੇ ਹਨ, ਜਿਹੜੇ ਨਵੇਂ ਬੱਚੇ ਆਏ ਆ ਇਹਨਾਂ ਦੀਆਂ ਕੁਸ਼ਤੀਆਂ ਨੂੰ ਦੇਖੋ, ਇਹਨਾਂ ਦੀ ਕਾਰੀਗਰੀ, ਇਹਨਾਂ ਦਾ ਘੁਲਣਾ, ਇਹ ਬਹੁਤ ਕੁਦਰਤੀ ਵੀ ਟੈਲੈਂਟਡ ਅਤੇ ਉਸਤਾਦਾਂ ਦੀਆਂ ਮਾਰਾਂ ਖਾਧੀਆਂ ਹੋਈਆਂ, ਪਰ ਪੰਜਾਬ ਦੇ ਵਿੱਚ ਤੱਕ ਪੋਸਟਾਂ ਜੋਗਾ ਹੋਣ ਕਰਕੇ ਬੱਚੇ ਦੀਪਕ ਕਾਲੀਆ ਜੀ ਸੋਸ਼ਲ ਵਰਕਰ ਜਿਨ੍ਹਾਂ ਦਾ ਸਮਾਜ ਨੂੰ ਬੜਾ ਵੱਡਾ ਯੋਗਦਾਨ ਆ, ਜਿਹੜੇ ਸਰਕਾਰੀ ਮੁਲਾਜ਼ਮਾਂ ਨੂੰ ਇਨਸਾਫ ਦਿਵਾਉਂਦੇ ਨੇ, ਬਹੁਤ ਮੇਰੇ ਅਜੀਤ ਮੇਰੇ ਵੱਡੇ ਭਰਾ ਦੀਪਕ ਕਾਲੀਆ ਜੀ, ਇੱਕ ਵਾਰ ਖੜੇ ਪਾ ਕੇ ਸਲਾਮੀ ਦਿਓ, ਸਮਾਜ ਨੂੰ ਤੁਹਾਡਾ ਬਹੁਤ ਯੋਗਦਾਨ ਆ, ਬਹੁਤ ਤਗੜੀ ਕੁਸ਼ਤੀ ਬਹੁਤ ਵਧੀਆ ਸ਼ਾਹੀ ਅੰਮ੍ਰਿਤਸਰ ਵੀ ਬਹੁਤ ਤਗੜਾ ਪਹਿਲਵਾਨ ਦੀਪਕ ਕਾਲੀਆ ਜੀ ਸਾਡੇ ਵਿੱਚ ਆ ਰਹੇ ਨੇ, ਜ਼ੋਰਦਾਰ ਤਾੜੀਆਂ ਦੀਪਕ ਕਾਲੀਆ, ਸਾਨੂੰ ਮਾਣ ਆ ਕਾਲੀਆ ਸਾਹਿਬ ਤੁਹਾਡੇ ਕੋਲੇ, ਤੁਸੀਂ ਸਮਾਜ ਦਾ ਬੜਾ ਭਲਾ ਕਰ ਰਹੇ ਹੋ, ਅਤੇ ਜਿਹੜੇ ਬੇਨਤੀ ਲੋਕ ਜਿਨ੍ਹਾਂ ਨੂੰ ਨਹੀਂ ਮੌਕਾ ਮਿਲਦਾ ਉਹਨਾਂ ਨੂੰ ਤੁਸੀਂ ਬਹੁਤ ਮਦਦ ਕਰਦੇ ਹੋ। ਸ਼ਾਹਿਦ ਬਹੁਤ ਵਧੀਆ ਪਹਿਲਵਾਨ, ਸ਼ਾਹਿਦ ਵੀ ਆਉਣ ਵਾਲਾ ਦਿਨਾਂ ਦਾ ਰੁਸਤਮ ਪਹਿਲਵਾਨ, ਦੂਸਰੇ ਪਾਸੇ ਰਣਜੀਤ ਨੇ ਬਹੁਤ ਬਹੁਤ ਚੰਗੀਆਂ ਕੁਸ਼ਤੀਆਂ ਮੈਂ ਰਣਜੀਤ ਦੀਆਂ ਦੇਖੀਆਂ, ਬਹੁਤ ਵਧੀਆ ਰਣਜੀਤ ਕੁਸ਼ਤੀ ਦਾ ਜਾਦੂਗਰ ਮੰਨਿਆ ਜਾਂਦਾ, ਬਹੁਤ ਵਧੀਆ ਥਕਾ ਲਿਆ ਰਣਜੀਤ ਨੇ ਲੱਗਦਾ, ਥੱਲੇ ਰੱਖ ਲਿਆ ਪਰ ਨਹੀਂ ਸ਼ਾਇਦ ਫਿਰ ਕੀਤਾ ਫੜ ਕੇ ਉੱਠਣ ਦੀ ਕੋਸ਼ਿਸ਼ ਕਰਦੇ ਹੋਏ, ਦੂਸਰੇ ਪਾਸੇ
ਲਓ ਜੀ ਇਹਨਾਂ ਕੁਰਸੀਆਂ ਦੇ ਨਾਲ ਨਾਲ ਮੈਂ ਦੱਸ ਰਿਹਾ ਸਾਡੇ ਪਤਵੰਤ ਬੱਬਲ ਜੀ ਸਾਡੇ ਵਿੱਚ ਅਸਿਸਟੈਂਟ ਪਾਸਪੋਰਟ ਆਫਿਸਰ ਰਾਜ ਕੁਮਾਰ ਸੈਣੀ ਸਾਹਿਬ ਆਏ ਨੇ। ਸੈਣੀ ਸਾਹਿਬ ਉੱਪਰ ਆਓ ਜੀ ਸਟੇਜ ਤੇ ਆਓ ਜੀ ਕੁਸ਼ਤੀ ਬਾਈ ਪਾਲ ਜੇਤੂ ਰਿਹਾ ਹਰ ਸ਼ੇਖਪੁਰੀ ਪਰਚੀ ਲੈ ਬੇਟਾ ਕੁਸ਼ਤੀ ਪਰਚੀ ਲੈ ਫਿਰ ਆਪਣੇ ਪੈਸਿਆਂ ਵਾਸਤੇ ਮੈਂ ਜੋ ਬੈਠੀ ਖੋਟੇ ਬਹੁਤ ਵਧੀਆ ਉਹ ਮੇਰਾ 100 ਰੁਪਇਆ ਲੈ ਗਿਆ ਸਟੇਜ ਤੇ ਜਨ ਸਟੇਜ ਦੀ ਭਾਜੀ ਪੂਰਾ ਸਨਮਾਨ ਕਰ ਰਹੇ ਬੱਚੇ ਦਾ ਉਹਨਾਂ ਵਾਸਤੇ ਜਿੱਤਿਆ ਚਾਹੇ ਹਾਰਿਆ ਦੋਨੇ ਹੀ ਬਰਾਬਰ ਆ ਦੋਨਾਂ ਦਾ ਸਨਮਾਨ ਪੂਰਾ ਜਿੰਮੀ ਭਾਜੀ ਵੱਲੋਂ ਜਿੰਮੀ ਭਾਜੀ ਅੱਜ ਦੀਆਂ ਨਾ ਆਪਾਂ ਦੇਖੋ ਬੱਚਿਆਂ ਦੀਆਂ ਕੁਸ਼ਤੀਆਂ ਨੈਸ਼ਨਲ ਦੀ ਚੈਂਪੀਅਨ ਹੈ ਜਿੰਮੀ ਭਾਜੀ ਕੁੜੀ ਜ਼ੋਰਦਾਰ ਤਾੜੀ ਵਾਲੇ ਵਾਸਤੇ ਕਿਹੜਾ ਸ਼ਰਮਾਰ ਆ ਤੂੰ ਸਾਡੀ ਧੀ ਰਾਣੀ ਆ ਸ਼ਰਮਾਈ ਦਾ ਨਹੀਂ ਹੁੰਦਾ ਬੇਟਾ ਆ ਮੇਰੇ ਕੋਲ ਆ ਸੁਖਦੀਪ ਕੁਮਾਰੀ ਇੱਕ ਹੋਰ ਕੁੜੀ ਸੁਖਦੀਪ ਕੁਮਾਰੀ ਪਹਿਲਵਾਨ ਇੱਕ ਮਿੰਟ ਜ਼ੋਰਦਾਰ ਤਾੜੀਆਂ ਤੁਹਾਡੀ ਬੱਚੀ ਆ ਸੁਖਦੀਪ ਕੌਰ ਇਹ 7 ਵਾਰ ਦੀ ਪੰਜਾਬ ਚੈਂਪੀਅਨ ਆ ਬੇੜਾ ਖੋਲ ਕੇ ਵੇਚੋ ਤੁਸੀਂ ਸਾਡੀਆਂ ਧੀਆਂ ਦੇ ਚਲੋ ਖੋਲ ਕੇ ਵੇਚੋ ਸੁਖਦੀਪ ਕੌਰ 7 ਵਾਰ ਪੰਜਾਬ ਦੀ ਚੈਂਪੀਅਨ ਆ ਜ਼ੋਰਦਾਰ ਤਾੜੀਆਂ ਇਹ ਧੀਆਂ ਸਾਡੀਆਂ ਇਹ ਚੌਂਕਿਆਂ ਚੁੱਲ੍ਹਿਆਂ ਤੱਕ ਨਹੀਂ ਸੀਮਤ ਰੱਖਣੀਆਂ ਇਹ ਖਾੜਿਆਂ 'ਚ ਆਈਆਂ ਜ਼ੋਰਦਾਰ ਤਾੜੀਆਂ ਮਾਰੋ ਸਾਡੀਆਂ ਬੱਚੀਆਂ ਜੋ ਬੱਚੇ ਨਹੀਂ ਕਰ ਸਕਦੇ ਬੰਦੇ ਨਹੀਂ ਕਰ ਸਕਦੇ ਸਾਡੀਆਂ ਧੀਆਂ ਉਹ ਕਰਦੀਆਂ ਹਰ ਜਗ੍ਹਾ 'ਤੇ ਪਹੁੰਚਦੀਆਂ ਬਹੁਤ ਜ਼ੋਰਦਾਰ ਤਾੜੀਆਂ ਦੋਨੋਂ ਮੋਦੀ ਨੈਸ਼ਨਲ ਚੈਂਪੀਅਨ ਮੋਦੀ ਮੇਰਾ ਬੇਟਾ ਮੋਦੀ ਆਇਆ ਪੁੱਤਰ ਸ਼ਾਬਾਸ਼ ਚੱਪਲ ਲਾ ਕੇ ਆਓ ਚੱਪਲਾਂ ਲਾ ਕੇ ਆਓ ਸ਼ਾਬਾਸ਼ ਚਲੋ ਉਸਤਾਦ ਜੀ 2 ਮਿੰਟ ਲੈਣੇ ਬਸ ਇਹ ਮੇਰੀਆਂ ਧੀਆਂ ਆਈਆਂ ਚਲੋ ਚਲੋ ਬੇਟਾ ਅੰਦਰ ਤੁਸੀਂ ਮੇਰੀ ਗੱਲ ਸੁਣੋ ਤੁਹਾਨੂੰ ਮੇਰੇ ਬੱਬਲ ਜੀ ਰਾਜ ਕੁਮਾਰ ਸੈਣੀ ਸਾਹਿਬ ਅਸਿਸਟੈਂਟ ਪਾਸਪੋਰਟ ਆਫਿਸਰ ਲੋ ਜੀ ਸਾਡੇ ਦਰਮਿਆਨ ਲੋ ਕੁਸ਼ਤੀ ਬਾਈਫਾਲ ਹੋ ਗਈ ਜੀ ਰਾਜ ਕੁਮਾਰ ਭਾਈ ਦੇ ਆਉਣ ਦੇ ਨਾਲ ਕੁਸ਼ਤੀ 1 ਮਿੰਟ 'ਚ ਬਾਈਫਾਲ ਹੋ ਗਈ ਚਲੋ ਸਟੇਜ ਦੇ ਰਾਜ ਕੁਮਾਰ ਭਾਈ ਕੋਲੋਂ ਸਨਮਾਨ ਲਓ ਮੈਂ ਵੀ ਸੁਸ਼ੀਲ ਕੁਮਾਰ ਮੈਂ ਵੀ ਸੈਣੀ ਹਾਂ ਤੁਹਾਡਾ ਭਰਾ ਹੀ ਹਾਂ ਅਜੇ ਜਾਦਵ ਜੀ ਨੂੰ ਸ਼ੈਲੀ ਭਾਈ ਨੂੰ ਸੰਜੀਵ ਪ੍ਰੈਸ ਤੋਂ ਸੈਨਿਕ ਸਵੇਰਾ ਤੋਂ ਸੰਜੀਵ ਸ਼ੈਲੀ ਜੀ ਨੂੰ ਨਾਲ ਲੈ ਕੇ ਜਿਮੀ ਭਾਜੀ ਸੈਣੀ ਸਾਹਿਬ ਛੱਟੀ ਭਾਜੀ ਆਇਓ ਤੁਸੀਂ ਨਾਲ ਛੱਟੀ ਭਾਜੀ ਰੋਕੀ ਭਾਜੀ ਆਇਓ ਛੱਟੀ ਭਾਜੀ ਆਇਓ ਰੋਕੀ ਭਾਜੀ ਆਇਓ ਨਰਖਾਣੇ ਆਇਓ ਨਾਲ ਅਜੇ ਜਾਦਵ ਜੀ ਸੰਜੀਵ ਸ਼ੈਲੀ ਜੀ ਦੈਨਿਕ ਸਵੇਰਾ ਤੋਂ ਮੇਰਾ ਵੀਰ ਇਸ ਕਿਸ਼ਤੀ ਦੀ ਸ਼ੁਰੂਆਤ ਰਹੀ ਮੈਂ ਵੀ ਨਾਲ ਚੱਲਦਾ ਤੁਹਾਡੇ ਆਇਓ ਆਇਓ ਜਿਮੀ ਭਾਜੀ
ਖੁਸ਼ੀ ਸ਼ੁਰੂ ਹੋ ਗਈ ਮੰਗਲ ਦਾ ਮਹੀਨਾ ਸਾਹਿਬ ਪਹਿਲਵਾਨ ਜਿੱਤਦਾ ਤੇ 500 ਰੁਪਿਆ ਲੋਈ 500 ਰੁਪਿਆ ਜਿਹੜਾ ਜਿੱਤੇਗਾ ਪਹਿਲਵਾਨ 500 ਰੁਪਿਆ ਜਿਹੜਾ ਜਿੱਤੇਗਾ
ਪ੍ਰਧਾਨ ਸਾਹਿਬ ਮੈਂ ਕਿਹਾ ਮਾਨ ਸਨਮਾਨ ਦੇ ਬੰਦੇ ਤੁਹਾਡੇ ਲਾਗੇ ਰਹਿੰਦੇ ਆ ਕਹਿੰਦੇ ਉਹਨਾਂ ਮਾਨ ਸਨਮਾਨ ਕਰੋ ਮਾਨ ਵੀ ਨਾ ਠੀਕ ਹੈ ਜੀ ਹੋ ਜਾਏਗਾ ਜਨਾਬ ਜਿੰਦਾ ਨਹੀਂ ਲਾਣੀ ਜਿੰਦਾ ਕੋ ਪਈ ਮੇਰੇ ਭਰਾ ਮੇਰੇ ਉਸਤਾਦ ਬੋਲੀਓ ਮੇਰਾ ਮੰਗਲ ਉਸਤਾਦ ਬਹੁਤ ਵਧੀਆ ਗੁਸਤੀ ਹੋਈ ਲੋਕ ਆਪਣਾ ਕਰੋ ਲਾਲੇ ਜੀ ਬੀਜੇਪੀ ਦੇਖੋ ਗੱਲ ਸੁਣੋ ਜਿਹੜਾ ਪਹਿਲਵਾਨ ਜਿੰਮੀ ਭਾਜੀ ਪੁਆਇੰਟ ਲੈ ਜਾਏਗਾ ਟਾਈਮ ਪੂਰਾ ਹੋ ਗਿਆ ਜਿਹੜਾ ਪਹਿਲਵਾਨ ਜਿਹਨੂੰ ਥੱਲੇ ਬਿਠਾ ਲੇਗਾ ਜਾਂ ਖਿੱਚ ਕੇ ਪੁਆਇੰਟ ਲੈ ਜਾਏਗਾ ਕੁਸ਼ਤੀ ਛਡਾ ਦੇਣੀ ਬੇਟਾ ਇਹ ਤੁਹਾਨੂੰ ਦੱਸ ਦਿਓ ਉਹ ਬੇਟਾ ਪੁਆਇੰਟ ਦੀ ਕੁਸ਼ਤੀ ਜਿਹੜਾ ਪੁਆਇੰਟ ਲੈ ਗਿਆ ਇਹ ਇਨਾਮ ਤਿਆਰ ਰੱਖਿਓ ਜਿੰਮੀ ਭਾਜੀ ਵੱਲੋਂ ਜਿਹੜਾ ਜਿੱਤੇਗਾ 500 ਰੁਪਈਆ ਮੰਗਾ ਪਹਿਲੀ ਵਾਲਾ 100 ਰੁਪਈਆ ਨਿਕਲ ਅਰੋੜਾ ਜੀ ਵੱਲੋਂ 100 ਰੁਪਈਆ ਸਹਿਗਲ ਸਾਹਿਬ ਵੱਲੋਂ 100 ਰੁਪਈਆ ਮੈਨੂੰ ਯਾਦ ਆ ਬਾਕੀ ਇਮਾਨਦਾਰੀ ਤੁਹਾਡੀ ਹੈ ਮੰਗਾ ਪਹਿਲਵਾਨ ਜੀ ਅੱਜ ਬੈਂਕ ਖੁੱਲ੍ਹਾ ਹੀ ਹੈ ਮੰਗਾ ਪਹਿਲਵਾਨ ਜੀ ਦਾ ਦੱਸਦਾ ਬਿਲਕੁਲ ਮੰਗਲ ਵਾਲਿਆ ਵੀ ਮੰਗਲ ਪਹਿਲਵਾਨ ਜੀ ਵੱਲੋਂ ਵੀ 200 ਰੁਪਈਆ ਰੋਮੀ ਭਾਜੀ ਵੱਲੋਂ ਵੀ 200 ਰੁਪਈਆ ਜਿਹੜਾ ਪਹਿਲਵਾਨ ਜਿੱਤਦਾ ਇਹਨੂੰ ਬਜਾ ਕੇ ਬੰਦ ਕਰਤਾ ਕਰੰਟ ਲੱਗਦਾ ਇੱਦਾਂ ਨੀ ਇੱਕ ਵਾਰੀ ਬਜਾਇਆ ਖੁੱਲ ਕੇ ਲਓ ਜੀ ਜਿਹੜਾ ਪਹਿਲਵਾਨ ਜਿੱਤੇਗਾ 200 ਰੁਪਈਆ ਮੰਗਲ ਪਹਿਲਵਾਨ ਵੱਲੋਂ ਸੁਣ ਲੈ ਪੈਸਿਆਂ ਦੇ ਵੀਰਾ ਸੁਣ ਲੈ 200 ਰੁਪਈਆ ਮੰਗਲ ਪਹਿਲਵਾਨ ਵੱਲੋਂ 200 ਰੁਪਈਆ ਰੋਮੀ ਭਾਜੀ ਵੱਲੋਂ 200 ਰੁਪਈਆ ਕਮਲ ਉਸਤਾਦ ਜੀ ਕਹਿੰਦੇ ਮੈਂ ਖਾੜੇ ਦੇ ਵਿੱਚੋਂ ਦੇ ਦੇਣਾ ਜਿਹੜਾ ਜਿੱਤਿਆ ਦੋਨਾਂ ਪਹਿਲਵਾਨਾਂ 100 ਰੁਪਈਆ ਨਿਕਲ ਭਾਜੀ ਵੱਲੋਂ ਸਫਰੀ
ਜਸਪ੍ਰੀਤ ਜੀ ਵੱਲੋਂ ਵੀ 200 ਰੁਪਈਆ, ਜਿਹੜਾ ਪਹਿਲਵਾਨ ਜਿੱਤੇਗਾ 200 ਰੁਪਈਆ ਜਸਪ੍ਰੀਤ ਵੱਲੋਂ, 200 ਮੰਗਲ ਪਹਿਲਵਾਨ ਵੱਲੋਂ, 200 ਰੋਮੀ ਭਾਜੀ ਵੱਲੋਂ, 100 ਰੁਪਈਆ ਸਾਹਿਬ ਸਾਰਿਆਂ ਦਾ ਹੌਸਲਾ ਅਫਜ਼ਾਈ ਕਰ ਰਹੇ ਹਾਂ। ਲਓ ਜੀ, ਬਹੁਤ ਵਧੀਆ ਕੁਸ਼ਤੀ ਹੈ, ਬਹੁਤ ਜ਼ੋਰਦਾਰ ਮੁਕਾਬਲਾ। ਅਗਲੀ ਕੁਸ਼ਤੀ ਮੰਨਾ ਸ਼ੇਪੁਰੀ ਬਾਬਾ ਜੀ, ਹਾਂਜੀ ਹਾਂਜੀ, 200 ਰੁਪਇਆ ਜਿੱਤਣ ਵਾਲੇ ਪਹਿਲਵਾਨ ਨੂੰ ਇੰਦਰਜੀਤ ਸ਼ਰਮਾ ਜੀ USA ਤੋਂ। ਲਓ ਜੀ, ਜ਼ੋਰਦਾਰ ਤਾੜੀਆਂ ਇੰਦਰਜੀਤ ਭਾਜੀ ਵਾਸਤੇ USA ਤੋਂ। ਸੰਨੀ ਪਹਿਲਵਾਨ ਜੀ ਆਇਆ ਖੜਾ ਨਾਥਾ ਵਿੱਚ ਜੀ ਤੋਂ, DJ ਦਾ ਕੰਮ ਹੈ ਬਹੁਤ ਵਧੀਆ ਮੇਰਾ ਵੀਰ ਸੰਨੀ। ਦੋਨੇ ਬਰਾਬਰ ਦੇ ਪਹਿਲਵਾਨ, ਦੋਨੇ ਹੀ ਸਰੀਰ ਵੀ ਇੱਕ ਨਾਲ ਦੇ ਆ, ਗੱਠਵੇਂ ਸਰੀਰ ਹੈ ਦੋਨਾਂ ਦੇ, ਮਿਹਨਤਾਂ ਕੀਤੀਆਂ। ਉਸਤਾਦ ਨੇ 2 ਮਿੰਟ ਦਾ ਟਾਈਮ ਦਿੱਤਾ, ਕਹਿੰਦੇ ਦੇਖੀ ਬੇਟਾ ਟਾਈਮ 2 ਮਿੰਟ ਦੇਖੀ, 2 ਮਿੰਟ, 2 ਮਿੰਟ, 2 ਮਿੰਟ। ਬਹੁਤ ਵਧੀਆ ਕੁਸ਼ਤੀਆਂ ਤੁਹਾਡੇ ਸਾਹਮਣੇ, ਕਾਟਾ ਕੁਸ਼ਤੀਆਂ, ਇੱਕ ਤੋਂ ਇੱਕ ਵਧੀਆ ਕੁਸ਼ਤੀ ਹੈ। ਜਿੱਦਾਂ ਕੁਸ਼ਤੀਆਂ ਵਧੀਆ, ਉੱਨੇ ਪੈਸੇ ਵਧੀਆ ਵੰਡੇ ਜਾ ਰਹੇ ਆ। ਜੇ ਅਖਾੜਾ ਹੈ ਜ਼ੋਰ ਅਜਮਾਨੇਗਾ, ਜਾਂ ਹਰ ਕੋਈ ਜ਼ੋਰ ਅਜਮਾ ਸਕਦਾ, ਪਰ ਮੰਗਲ ਪਹਿਲਵਾਨ ਨੇ ਮੈਨੂੰ ਭੁੱਲ ਦਿੰਦਾ। ਦੱਸੋ ਜੀ, ਲਓ ਜੀ, ਜੇ ਕੁਸ਼ਤੀ ਬਰਾਬਰ ਜੁੜਦੀ ਹੈ ਤੇ ਪੈਸੇ ਵੰਡ ਕੇ ਦਿੱਤੇ ਜਾਣਾ, ਜਿਹੜਾ ਇਨਾਮ ਦੇ ਰਹਾ ਸਾਰਿਆਂ ਨੇ, ਠੀਕ ਹੈ ਨਾ? ਪੁਆਇੰਟ ਤਾਂ ਕਰਾ ਲਾਂਗੇ, ਪੁਆਇੰਟ। ਹਿੰਮਤ ਮਰਦ ਮਰਦੇ ਖੁਦਾ, ਇਹ ਹਿੰਮਤਾਂ ਕਰਨੀਆਂ ਪੈਂਦੀਆਂ ਕੁਸ਼ਤੀਆਂ ਜਿੱਤਣ ਵਾਸਤੇ, ਬੜੀ ਹਿੰਮਤ ਦੀ ਗੱਲ। ਹਿੰਮਤ ਮਰਦ ਮਰਦੇ ਖੁਦਾ, ਇਹ ਮਰਦਾਂ ਦੇ ਕੰਮ ਹੈ। ਬਿੱਲਾ ਪਹਿਲਵਾਨ ਜੀ ਮਰਿਆਣੇ ਤੋਂ ਸਾਡੇ ਵਿੱਚ ਪਹੁੰਚੇ ਹਨ, ਪੰਜਾਬ ਪੁਲਿਸ ਦੇ ਵਿੱਚ ਸੇਵਾਵਾਂ ਨਿਭਾ ਰਿਹਾ ਮੇਰਾ ਵੀਰ ਬਿੱਲਾ ਪਹਿਲਵਾਨ ਸਾਡੇ ਵਿੱਚ ਪਹੁੰਚਿਆ। ਇਹਨਾਂ ਦੇ ਇੱਥੇ ਆਉਣ ਦੇ ਸਾਰਿਆਂ ਜੀਆਂ ਨੂੰ, ਲਲਿਤ ਕਾਲੀਆ ਜੀ, ਜਿੰਮੀ ਕਾਲੀਆ ਜੀ ਦੇ ਰਾਈਟ ਹੈਂਡ ਮੰਚ ਤੇ ਪਹੁੰਚ ਚੁੱਕੇ ਹਨ। ਲੈ ਵੀ ਪੁਆਇੰਟ ਜਿੰਮੀ ਭਾਜੀ, ਪ੍ਰਭਜੋਤ ਜੇਤੂ ਰਿਹਾ, ਵਧੀਆ ਯੋਗਾ ਦੇ ਨਾਲ ਵੀ ਜੁੜੇ ਆ, ਬੜੀ ਵਧੀਆ ਸੰਸਥਾ ਚੱਲਦੀ ਹੈ ਇਹਨਾਂ ਨੇ ਇੱਥੇ ਸਾਡੇ ਅਖਾੜੇ ਪਹੁੰਚਦੇ, ਸਾਡੇ ਵੱਲੋਂ ਬਹੁਤ ਬਹੁਤ ਜੀ ਆਇਆਂ ਨੂੰ। ਯਾਰ ਬੜੀ ਵਧੀਆ ਕੁਸ਼ਤੀ ਤੁਹਾਡੇ ਸਾਹਮਣੇ ਹੋਈ ਹੈ, ਜਿੰਮੀ ਸ਼ੇਰ ਕਾਲੀਆ ਜੀ ਕੋਲ, ਕੀ ਨਾਮ ਪ੍ਰਭਜੋਤ ਦਾ, ਸਾਰਿਆਂ ਨੇ ਹੱਥ ਖੜਾ ਕਰਕੇ ਕਿਹਾ ਸੀ 200 ਰੁਪਇਆ ਮੇਰੇ ਵੱਲੋਂ, ਮੰਗਲ ਪਹਿਲਵਾਨ ਦਾ ਪਹੁੰਚ ਗਿਆ, ਇੱਕ ਰੋਮੀ ਭਾਈ ਸਾਹਿਬ ਸੀ 200 ਰੁਪਇਆ ਉਹਨਾਂ ਨੇ ਕਿਹਾ ਸੀ, ਮੰਗਲ ਪਹਿਲਵਾਨ ਸਾਰਿਆਂ ਦਾ ਨਾਮ ਮਿਲ ਗਿਆ। ਚਲੋ ਤੁਹਾਨੂੰ ਰੁਪਈਆ ਨਿਕਲਾ ਰੋਣਾ ਜੀ ਵੱਲੋਂ, ਹਾਂਜੀ
ਅਜੇ ਸ਼ਰਮਾ ਵੱਲੋਂ 100 ਰੁਪਈਆ ਜਿਹੜਾ ਪਹਿਲਾਂ ਇਹ ਜਿਹੜੇ ਕੁਸ਼ਤੀ ਮੁਕਾਬਲੇ ਹੈ ਇਹਨਾਂ ਤੋਂ ਦੋ ਤਿੰਨ ਕੁਸ਼ਤੀਆਂ ਤੋਂ ਬਾਅਦ ਵੱਡੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਸ਼ੁਰੂ ਕਰਵਾ ਦੇਣੀਆਂ ਕੁਸ਼ਤੀਆਂ ਦੇ ਨਾਲ ਨਾਲ ਸਾਡੇ ਤੱਕ ਚਾਲੀ ਸਮੇਂ ਪਹੁੰਚੀ ਹੈ ਬਹੁਤ ਬਹੁਤ ਧੰਨਵਾਦ ਜਿਹੜਾ ਚਾਲੀ ਸਮੇਂ ਪਹੁੰਚੀ ਹੈ ਉਹਨਾਂ ਸਾਰਿਆਂ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕੁਸ਼ਤੀ ਹੈ ਇਹਦਾ ਲਾਲ ਮੰਗੋਟੇ ਦੇ ਵਿੱਚ ਪਹਿਲਵਾਨ ਹੈ ਇਹਦਾ ਫਾਦਰ ਵੀ ਅੰਤਰਰਾਸ਼ਟਰੀ ਪਹਿਲਵਾਨ ਹੈ ਘੱਟੋ ਘੱਟ 20 ਟੂਰ ਇਹਦੇ ਫਾਦਰ ਦੇ ਪੰਜਾਬ ਫੀਸ ਦੇ ਇੰਸਪੈਕਟਰ ਇਹਨਾਂ 'ਚ ਭਰਤੀ ਹੈ ਔਰ ਅੰਮ੍ਰਿਤਸਰ ਦੇ ਵਿੱਚ ਕੋਚਿੰਗ ਕਰਾ ਰਿਹਾ ਜਿਹੜੀ ਇਹ ਕੁਸ਼ਤੀ ਉਸਤਾਦ ਜੀ ਇੱਕ ਮਿੰਟ ਜਿਹੜਾ ਇਹ ਤਾਲ ਵੱਜਿਆ ਨਾ ਜੇ ਕਿਤੇ ਮਹਾਰਾਸ਼ਟਰ ਦੀ ਕੁਸ਼ਤੀ ਆਉਂਦੀ 1,00,000 ਰੁਪਇਆ ਮੈਨੂੰ ਉੱਥੇ ਦੇਣਾ ਨਹੀਂ ਤਾਲ ਪਾਉਣਾ ਸ਼ਰਮਾ ਜੀ ਇੰਨੀ ਵਧੀਆ ਗੁੱਸਾ ਇੰਨਾ ਵਧੀਆ ਟੈਕਨੀਕ ਮਾਰੀ ਹੈ ਮੁੰਡੇ ਨੇ ਜ਼ੋਰਦਾਰ ਤਾੜੀਆਂ ਜਿੱਤੇ ਗੱਲ ਜਾਂਦੀ ਵਾਸਤੇ ਠੀਕ ਹੈ ਮੁੰਡਾ ਹੀਰਾ ਪੀਐਪੀ ਵਾਸਤੇ ਜ਼ੋਰਦਾਰ ਤਾੜੀਆਂ ਕਰਾ ਜਾ ਮਾਰਾ ਬਹੁਤ ਵਧੀਆ ਟੈਕਨੀਕ ਮਾਰੀ ਸੀ ਬਹੁਤ ਵਧੀਆ ਦੋਨੇ ਮੁੰਡੇ
ਤੁਹਾਡੀ ਫੋਟੋ ਆ ਰਹੀ ਹੈ ਜੀ।